ਕੀ ਤੁਸੀਂ ਜਾਣਦੇ ਹੋ ਐਪਲ ਦੇ ਆਈਪੌਡ ਦੇ ਵਿੱਚ ਕੈਲਕੂਲੇਟਰ ਕਿਉਂ ਨਹੀਂ ਹੁੰਦਾ? ਗੂਗਲ ਮੈਪ ਤੇ ਇਹ ਜਗ੍ਹਾ ਨੂੰ ਧੋਨੀ ਸੈਕਸ ਦਾ ਨਾਮ ਕਿਉਂ ਦਿੱਤਾ ਗਿਆ ਹੈ? ਕਿਵੇਂ ਤੁਸੀਂ ਇੱਕ ਛੋਟੀ ਜਿਹੀ ਸੈਟਿੰਗ ਕਰਨ ਦੇ ਨਾਲ ਆਪਣੇ ਫੋਨ ਦੀ ਬੈਟਰੀ 3 ਘੰਟੇ ਜ਼ਿਆਦਾ ਚਲਾ ਸਕਦੇ ਹੋ? ਸਪੋਰਟ ਸ਼ੂ ਦੇ ਪਿੱਛੇ ਇਹ ਚੀਜ਼ ਕਿਸ ਲਈ ਹੁੰਦੀ ਹੈ? ਸੋ ਅਜਿਹੀ ਰੋਚਕ ਤੱਥ ਚੈਨਲ ਲਈ ਜੁੜੇ ਰਹੋ। ਮੇਰਾ ਨਾਮ ਮੈਂ ਤੁਹਾਡਾ ਹੋ ਜਸਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਜੋਟ ਟੀਵੀ। ਜੇਕਰ ਤੁਹਾਡੇ ਵੀ ਫੋਨ ਦੀ ਬੈਟਰੀ ਬਹੁਤ ਜਲਦੀ ਖਤਮ ਹੁੰਦੀ ਹੈ ਤਾਂ ਤੁਹਾਨੂੰ ਵੀ ਆਪਣੇ ਫੋਨ ਤੇ ਬਲੈਕ ਵਾਲ ਪੇਪਰ ਯਾਨੀ ਕਿ ਕਾਲਾ ਵਾਲ ਪੇਪਰ ਲਗਾਉਣਾ ਚਾਹੀਦਾ ਹੈ। ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਪਰ ਜ਼ਿਆਦਾਤਰ ਫੋਨ ਦੀ ਬੈਟਰੀ ਉਸਦੇ ਪਏ ਪਏ ਹੀ ਖਤਮ ਹੋ ਜਾਂਦੀ ਹੈ, ਕਿਉਂਕਿ ਫੋਨ ਦੀ ਬ੍ਰਾਈਟਨੈਸ ਤੇ ਉਸਦੇ ਕਲਰ ਸੈਚੂਰੇਸ਼ਨ ਬਹੁਤ ਜ਼ਿਆਦਾ ਬੈਟਰੀ ਖਾਂਦੇ ਨੇ। ਪਰ ਜੇਕਰ ਤੁਸੀਂ ਆਪਣੇ ਫੋਨ ਦੇ ਉੱਪਰ ਬਲੈਕ ਵਾਲ ਪੇਪਰ ਲਗਾ ਕੇ ਰੱਖੋਗੇ ਤਾਂ ਤੁਹਾਡੇ ਫੋਨ ਦੀ ਬੈਟਰੀ 15% ਘੱਟ ਖਤਮ ਹੋਵੇਗੀ। ਚਾਈਨਾ ਦੇ ਵਿੱਚ ਰਹਿਣ ਵਾਲੇ ਇੱਕ ਇਨਸਾਨ ਨੇ ਕੋਕਾ ਕੋਲਾ ਦੀ 1.5 ਲੀਟਰ ਦੀ ਬੋਤਲ 10 ਸੈਕਿੰਡ ਦੇ ਵਿੱਚ ਪੀਣ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਇਹ ਬੋਤਲ ਪੀ ਵੀ ਲਈ ਸੀ ਪਰ ਇਹ ਬੋਤਲ ਨੂੰ ਪੀਣ ਤੋਂ ਕੁਝ ਸੈਕਿੰਡ ਬਾਅਦ ਹੀ ਉਸਦੀ ਮੌਤ ਹੋ ਗਈ। ਇਸ ਇਨਸਾਨ ਦੀ ਮੌਤ ਦਾ ਕਾਰਨ ਸੀ ਕਿ ਕੋਕ ਦੇ ਨਾਲ ਇਸ ਇਨਸਾਨ ਦੇ ਅੰਦਰ ਬਹੁਤ ਜ਼ਿਆਦਾ ਗੈਸ ਬਣ ਗਈ ਸੀ। ਇਨਸਾਨੀ ਸਰੀਰ ਇੰਨੀ ਜ਼ਿਆਦਾ ਗੈਸ ਨੂੰ ਇੰਨੀ ਜਲਦੀ ਐਡਜਸਟ ਨਹੀਂ ਕਰ ਪਾਉਂਦਾ, ਇਸ ਦੇ ਕਾਰਨ ਇਸ ਦੀ ਮੌਤ ਹੋ ਗਈ। ਸੋ ਸਾਨੂੰ ਕਦੇ ਵੀ ਭੁੱਲ ਕੇ ਅਜਿਹਾ ਨਹੀਂ ਕਰਨਾ ਚਾਹੀਦਾ। ਅਮਰੀਕਾ ਦੇ ਕਾਲਜ ਦੇ ਹੋਸਟਲ ਦੇ ਵਿੱਚ ਰਹਿਣ ਵਾਲੇ 3 ਬੱਚਿਆਂ ਨੇ ਇੱਕ ਸੈਕਿੰਡ ਹੈਂਡ ਸੋਫਾ ਖਰੀਦ ਲਿਆ ਸੀ। ਇਹ ਸੋਫਾ ਕਈ ਥਾਵਾਂ ਤੋਂ ਫਟਿਆ ਹੋਇਆ ਸੀ ਤੇ ਉਹਨਾਂ ਨੇ ਸੋਫਾ ਸਿਰਫ 1500 ਰੁਪਏ ਵਿੱਚ ਖਰੀਦਿਆ ਸੀ। ਪਰ ਉਹਨਾਂ ਦੇ ਵਿੱਚੋਂ ਜਦੋਂ ਇੱਕ ਜਾਣੇ ਨੇ ਸੋਫੇ ਦੇ ਫਟੇ ਹੋਏ ਹਿੱਸੇ ਦੇ ਵਿੱਚ ਹੱਥ ਪਾਇਆ ਤਾਂ ਉਸ ਨੂੰ ਸੋਫੇ ਦੇ ਅੰਦਰੋਂ ਡਾਲਰ ਮਿਲੇ। ਜਦੋਂ ਉਹਨਾਂ ਨੇ ਇੱਕ ਇੱਕ ਕਰਕੇ ਇਸ ਸੋਫੇ ਦੇ ਵਿੱਚੋਂ ਡਾਲਰ ਬਾਹਰ ਕੱਢਣੇ ਸ਼ੁਰੂ ਕੀਤੇ ਤਾਂ ਉਹਨਾਂ ਨੂੰ ਇਸ ਸੋਫੇ ਦੇ ਵਿੱਚੋਂ 30 ਲੱਖ ਰੁਪਏ ਮਿਲੇ। ਕੀ ਤੁਸੀਂ ਕਦੇ ਅਸਲੀ ਆਕਸੀਜਨ ਦੇਖੀ ਹੈ? 99% ਲੋਕਾਂ ਨੇ ਤਾਂ ਨਹੀਂ ਦੇਖੀ ਹੋਣੀ। ਅਸਲੀ ਆਕਸੀਜਨ ਇਸ ਤਰ੍ਹਾਂ ਦੀ ਦਿਸਦੀ ਹੈ, ਇਹ ਠੋਸ ਆਕਸੀਜਨ ਹੈ। ਤੁਹਾਨੂੰ MS ਧੋਨੀ ਦੇ 2020 IPL ਦਾ ਛੱਕਾ ਤਾਂ ਜ਼ਰੂਰ ਯਾਦ ਹੋਵੇਗਾ, ਜਿਹੜਾ ਧੋਨੀ ਨੇ ਗਰਾਊਂਡ ਤੋਂ ਬਾਹਰ ਮਾਰਿਆ ਸੀ, ਜਿੱਥੇ ਇਸ ਛੱਕੇ ਵਾਲੀ ਬਾਲ ਬਾਹਰ ਜਾ ਕੇ ਡਿੱਗੀ ਸੀ। ਉਸ ਜਗ੍ਹਾ ਨੂੰ ਜੇਕਰ ਤੁਸੀਂ ਗੂਗਲ ਮੈਪ ਤੇ ਸਰਚ ਕਰੋਗੇ ਤਾਂ ਤੁਹਾਨੂੰ ਧੋਨੀ 6 ਲਿਖਿਆ ਮਿਲੇਗਾ। ਹੁਣ ਤੁਹਾਨੂੰ ਦੱਸਦੇ ਹਾਂ ਜੀ, ਜਲੇਬੀ ਨੂੰ ਇੰਗਲਿਸ਼ ਦੇ ਵਿੱਚ ਕੀ ਕਿਹਾ ਜਾਂਦਾ ਹੈ? ਜਲੇਬੀ ਨੂੰ ਇੰਗਲਿਸ਼ ਦੇ ਵਿੱਚ ਫਨਲ ਕੇਕ ਕਿਹਾ ਜਾਂਦਾ ਹੈ। ਜਲੇਬੀ ਹੋਰ ਦੇਸ਼ਾਂ ਦੇ ਵਿੱਚ ਫਨਲ ਕੇਕ ਦੇ ਨਾਮ ਨਾਲ ਹੀ ਵੇਚੀ ਜਾਂਦੀ ਹੈ। ਜਲੇਬੀ ਅਸਲ ਦੇ ਵਿੱਚ ਇੰਡੀਅਨ ਫੂਡ ਨਹੀਂ ਹੈ, ਇਹ ਹੋਰ ਦੇਸ਼ਾਂ ਤੋਂ ਇੰਡੀਆ ਦੇ ਵਿੱਚ ਆਈ ਸੀ ਪਰ ਇੰਡੀਆ ਦੇ ਵਿੱਚ ਆ ਕੇ ਇਹ ਮਸ਼ਹੂਰ ਹੋ ਗਈ। 1930 ਦੇ ਵਿੱਚ ਕੈਨੇਡਾ ਦੇ ਲੋਕ ਅਜਿਹੇ ਕੋਨ ਵਾਲੇ ਮਾਸਕ ਪਾਉਂਦੇ ਸਨ। ਇਹ ਕੋਨ ਵਰਗੇ ਮਾਸਕ ਪਲਾਸਟਿਕ ਦੇ ਨਾਲ ਬਣੇ ਹੁੰਦੇ ਸਨ, ਇਹਨਾਂ ਨੂੰ ਬਲਿਜ਼ਰਡ ਕੋਨ ਕਿਹਾ ਜਾਂਦਾ ਸੀ। ਇਹ ਕੋਨ ਮਾਸਕ ਇਸ ਨੂੰ ਲਾਉਣ ਵਾਲੇ ਇਨਸਾਨ ਦੇ ਚਿਹਰੇ ਨੂੰ ਬਰਫ਼ ਤੋਂ ਬਚਾਉਂਦੇ ਸਨ, ਕਿਉਂਕਿ ਉਸ ਸਮੇਂ ਕੈਨੇਡਾ ਦੇ ਵਿੱਚ ਬਰਫ਼ ਦੇ ਬਹੁਤ ਜ਼ਿਆਦਾ ਤੂਫਾਨ ਆਉਂਦੇ ਸਨ। ਉਸ ਟਾਈਮ ਦੇ ਕੈਨੇਡਾ ਦੇ ਲੋਕਾਂ ਦਾ ਇਹ ਮੰਨਣਾ ਸੀ ਕਿ ਇਹ ਮਾਸਕ ਉਹਨਾਂ ਨੂੰ ਬਰਫ਼ ਤੋਂ ਵੀ ਬਚਾਉਂਦੇ ਨੇ ਤੇ ਇਹ ਫੈਸ਼ਨੇਬਲ ਵੀ ਲੱਗਦੇ ਨੇ। ਇਹ ਇੱਕ ਫੈਕਟ ਹੈ ਕਿ ਜਦੋਂ ਅਸੀਂ ਕਿਸੇ ਡਿਸਕਸ਼ਨ ਦੇ ਵਿੱਚ ਹੁੰਨੇ ਆ ਤਾਂ ਅਸੀਂ ਸਭ ਤੋਂ ਜ਼ਿਆਦਾ ਚਲਾਕ ਇਨਸਾਨ ਦੀ ਗੱਲ ਨਹੀਂ ਸੁਣਦੇ, ਉਸ ਦੀ ਜਗ੍ਹਾ ਅਸੀਂ ਅਜਿਹੇ ਇਨਸਾਨ ਦੀ ਗੱਲ ਸੁਣਦੇ ਹਾਂ ਜੋ ਕਿ ਇਹ ਦਿਖਾਵਾ ਕਰ ਰਿਹਾ ਹੁੰਦਾ ਹੈ ਕਿ ਉਸ ਨੂੰ ਸਭ ਪਤਾ ਹੈ ਪਰ ਅਸਲ ਦੇ ਵਿੱਚ ਉਸ ਨੂੰ ਕੁਝ ਵੀ ਪਤਾ ਨਹੀਂ ਹੁੰਦਾ। ਇਸ ਲਈ ਕਿਸੇ ਗਰੁੱਪ ਜਾਂ ਮੀਟਿੰਗ ਦੇ ਵਿੱਚ ਤੁਸੀਂ ਜੇਕਰ ਆਪਣੀ ਗੱਲ ਮਨਵਾਉਣੀ ਹੈ ਤਾਂ ਤੁਹਾਨੂੰ ਅਜਿਹਾ ਦਿਖਾਵਾ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਸਭ ਕੁਝ ਪਤਾ ਹੈ। ਵਰਲਡ ਵਾਰ 2 ਦੇ ਵਿੱਚ ਇੱਕ 12 ਸਾਲ ਦੇ ਲੜਕੇ ਨੇ ਨੇਵੀ ਜੁਆਇਨ ਕਰ ਲਈ ਸੀ ਆਪਣੀ ਜਾਲੀ ਉਮਰ ਉੱਥੇ ਦੱਸ ਕੇ। ਉਸ ਦੇ 1 ਸਾਲ ਬਾਅਦ ਉਹ ਨੇਵੀ ਬੇਸ ਤੇ ਹਮਲਾ ਹੋ ਜਾਂਦਾ ਹੈ ਜਿਸ ਦੇ ਵਿੱਚ ਇਹ ਲੜਕਾ ਕਾਫੀ ਜ਼ਿਆਦਾ ਬਹਾਦਰੀ ਦਿਖਾਉਂਦਾ ਹੈ ਤੇ ਫਿਰ ਇਸ ਦੇ ਅਫਸਰ ਇਸ ਤੋਂ ਖੁਸ਼ ਹੋ ਕੇ ਇਸ ਨੂੰ ਉਸ ਵਾਰ ਦਾ ਹੀਰੋ ਘੋਸ਼ਿਤ ਕਰ ਦਿੰਦੇ ਨੇ। ਪਰ ਫਿਰ ਇਸ ਲੜਕੇ ਦੀ ਮਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸ ਦਾ ਬੱਚਾ ਕਾਲਜ ਦੇ ਹੋਸਟਲ ਦੀ ਜਗ੍ਹਾ ਨੇਵੀ ਦੇ ਵਿੱਚ ਰਹਿ ਰਿਹਾ ਹੈ, ਕਿਉਂਕਿ ਇਹ ਬੱਚਾ ਘਰ ਤੋਂ ਕਾਲਜ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਿਆ ਹੋਇਆ ਸੀ ਤੇ ਇਸ ਬੱਚੇ ਦੇ ਹੀਰੋ ਬਣਨ ਤੋਂ 2 ਦਿਨ ਬਾਅਦ ਹੀ ਇਸ ਦੀ ਮੰਮੀ ਨੇ ਇਸ ਨੂੰ ਨੇਵੀ ਦੇ ਵਿੱਚੋਂ ਕਢਵਾ ਦਿੱਤਾ। ਇੰਡੀਆ ਦੇ ਵਿੱਚ ਬੱਸ ਦੀਆਂ ਸੀਟਾਂ ਦੀ ਹਾਲਤ ਕਿੰਨੀ ਜ਼ਿਆਦਾ ਖਰਾਬ ਹੁੰਦੀ ਹੈ ਇਹ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ। ਜਿੰਨਾ ਟਾਈਮ ਤੁਸੀਂ ਬੱਸ ਦੀ ਸੀਟ ਦੇ ਉੱਪਰ ਹੱਥ ਨਹੀਂ ਮਾਰਦੇ ਤਾਂ ਤੁਹਾਨੂੰ ਪਤਾ ਹੀ ਨਹੀਂ ਚੱਲੇਗਾ ਕਿ ਬੱਸ ਦੀ ਸੀਟ ਕਿੰਨੀ ਗੰਦੀ ਹੈ। ਇਹਨਾਂ ਬੱਸਾਂ ਦੀਆਂ ਸੀਟਾਂ ਨੂੰ ਜਾਣਬੁੱਝ ਕੇ ਅਜਿਹਾ ਬਣਾਇਆ ਜਾਂਦਾ ਹੈ ਸਖਤ ਸਪੰਜ ਨੂੰ ਵਰਤ ਕੇ ਤਾਂ ਕਿ ਇਹਨਾਂ ਸੀਟਾਂ ਦੇ ਵਿੱਚ ਬਹਿਣ ਤੇ ਵੀ ਧੂੜ ਮਿੱਟੀ ਇਸ ਤੋਂ ਬਾਹਰ ਨਾ ਨਿਕਲੇ। ਉਦਾਹਰਨ ਦੇ ਲਈ ਇੱਕ ਪਬਲਿਕ ਟਰਾਂਸਪੋਰਟ ਬੱਸ ਦੀ ਸੀਟ ਤੁਹਾਡੀ ਟਾਇਲਟ ਸੀਟ ਤੋਂ ਵੀ 5 ਗੁਣਾ ਜ਼ਿਆਦਾ ਗੰਦੀ ਹੁੰਦੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਸਰਕਾਰ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਡਕਟ ਤੇ ਅਲੱਗ ਅਲੱਗ ਤਰ੍ਹਾਂ ਦਾ ਟੈਕਸ ਲਗਾਉਂਦੀ ਹੈ, ਜਿਵੇਂ ਕਿ ਬੂਟਾਂ ਅਤੇ ਸਲੀਪਰਾਂ ਦੇ ਟੈਕਸ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੁੰਦਾ ਹੈ, ਜਿਸ ਦੇ ਕਰਕੇ ਕਨਵੈਂਸ ਨਾਮ ਦੀ ਕੰਪਨੀ ਨੇ ਇੱਕ ਤਰੀਕਾ ਲੱਭਿਆ ਹੈ। ਉਸ ਦੇ ਵਿੱਚ ਇਹ ਬੂਟਾਂ ਦੇ ਤਲੇ ਯਾਨੀ ਕਿ ਸੋਲ ਨੂੰ ਬਿਲਕੁਲ ਸਿੱਧਾ ਰੱਖਦੇ ਨੇ। ਅਜਿਹਾ ਕਰਨ ਦੇ ਨਾਲ ਇਹਨਾਂ ਦੇ ਇਹ ਬੂਟ ਬੂਟਾਂ ਦੀ ਜਗ੍ਹਾ ਤੋਂ ਸਲੀਪਰ ਦੀ ਕੈਟਾਗਰੀ ਦੇ ਵਿੱਚ ਆ ਜਾਂਦੇ ਨੇ, ਜਿਸ ਦੇ ਕਰਕੇ ਇਹ ਕੰਪਨੀ ਆਪਣਾ ਟੈਕਸ ਵੀ ਬਚਾ ਲੈਂਦੀ ਹੈ ਤੇ ਬੂਟ ਵੀ ਵੇਚ ਦਿੰਦੀ ਹੈ। ਯੂਰਪ ਦੇ ਪਿੰਡਾਂ ਦੇ ਵਿੱਚ ਜਿਹੜੇ ਪੁਲ ਬਣੇ ਹੋਏ ਹੁੰਦੇ ਨੇ ਉਹ ਕਾਫੀ ਛੋਟੇ ਹੁੰਦੇ ਨੇ, ਜਿਸ ਦੇ ਕਾਰਨ ਟਰੱਕ ਉਸ ਪੁਲ ਦੇ ਥੱਲੇ ਦੀ ਲੰਘਦੇ ਹੋਏ ਆਪਣੀ ਜ਼ਿਆਦਾ ਉਚਾਈ ਦੇ ਕਾਰਨ ਉਹ ਪੁਲ ਨੂੰ ਤੋੜ ਦਿੰਦੇ ਸਨ ਤੇ ਇਸ ਤੋਂ ਬਚਣ ਦੇ ਲਈ ਉੱਥੋਂ ਦੀਆਂ ਸਰਕਾਰਾਂ ਨੇ ਇੱਕ ਸਸਤਾ ਤੇ ਵਧੀਆ ਤਰੀਕਾ ਲੱਭਿਆ। ਹੁਣ ਉਹ ਇਸ ਪੁਲ ਦੇ ਸ਼ੁਰੂ ਦੇ ਉੱਤੇ ਇੱਕ ਅਜਿਹਾ ਬੋਰਡ ਲਗਾ ਦਿੰਦੇ ਹਨ ਜਿਸ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਜੇਕਰ ਤੁਹਾਡਾ ਟਰੱਕ ਇਸ ਬੋਰਡ ਦੇ ਨਾਲ ਟੱਚ ਕਰਦਾ ਹੈ ਤਾਂ ਤੁਸੀਂ ਇਸ ਪੁਲ ਦੇ ਉੱਪਰੋਂ ਨਹੀਂ ਲੰਘ ਸਕਦੇ, ਕਿਉਂਕਿ ਇਸ ਬੋਰਡ ਅਤੇ ਪੁਲ ਦੀ ਉਚਾਈ ਬਿਲਕੁਲ ਸੇਮ ਹੈ। ਇਹ ਬੋਰਡ ਲਗਾਉਣ ਤੋਂ ਬਾਅਦ
ਲੰਡਨ ਦੇ ਵੇਲਸ ਦਾ ਜੋ ਸਭ ਤੋਂ ਉੱਚਾ ਦਰਖਤ ਸੀ ਉਸ ਦੇ ਉੱਪਰ ਅਸਮਾਨੀ ਬਿਜਲੀ ਡਿੱਗ ਗਈ ਜਿਸ ਦੇ ਕਾਰਨ ਉਹ ਦਰਖਤ ਅੱਧਾ ਟੁੱਟ ਕੇ ਜਲ ਗਿਆ ਤੇ ਜਦੋਂ ਉੱਥੋਂ ਦੇ ਲੋਕ ਇਸ ਅੱਧੇ ਬਚੇ ਹੋਏ ਦਰਖਤ ਨੂੰ ਵੱਢਣ ਲੱਗੇ ਤਾਂ ਉੱਥੋਂ ਦੀ ਕੋਲ ਦੀ ਲੰਘ ਰਹੇ ਇੱਕ ਕਲਾਕਾਰ ਦੀ ਨਜ਼ਰ ਇਸ ਦੇ ਉੱਪਰ ਪਈ ਤਾਂ ਉਸ ਕਲਾਕਾਰ ਨੇ ਇਸ ਦਰਖਤ ਨੂੰ ਆਪਣੀ ਕਲਾ ਦੇ ਨਾਲ ਇੱਕ ਅਜਿਹਾ ਰੂਪ ਦੇ ਦਿੱਤਾ ਤੇ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਹੱਥ ਅਸਮਾਨ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਤਰ੍ਹਾਂ ਇਹ ਦਰਖਤ ਕੱਟਣ ਤੋਂ ਵੀ ਬਚ ਗਿਆ ਤੇ ਇੱਕ ਮਾਸਟਰਪੀਸ ਵੀ ਬਣ ਗਿਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਬੂਟਾਂ ਦੇ ਪਿੱਛੇ ਇਹ ਚੀਜ਼ ਕਿਉਂ ਹੁੰਦੀ ਹੈ ਇਸ ਦੇ ਕਈ ਕਾਰਨ ਹਨ ਇਸ ਦਾ ਸਭ ਤੋਂ ਪਹਿਲਾ ਕੰਮ ਹੈ ਕਿ ਜੇਕਰ ਤੁਸੀਂ ਆਪਣੇ ਬੂਟਾਂ ਨੂੰ ਉਤਾਰ ਕੇ ਆਪਣੇ ਬੈਗ ਦੇ ਨਾਲ ਲਟਕਾਉਣਾ ਹੈ ਤਾਂ ਤੁਸੀਂ ਇਸ ਦੇ ਸਹਾਰੇ ਆਪਣੇ ਬੂਟਾਂ ਨੂੰ ਬੈਗ ਦੇ ਨਾਲ ਲਟਕਾ ਸਕਦੇ ਹੋ ਜੇਕਰ ਤੁਹਾਡੇ ਬੂਟ ਚਿੱਕੜ ਦੇ ਵਿੱਚ ਲਿਬੜ ਜਾਂਦੇ ਨੇ ਜਾਂ ਗਿੱਲੇ ਹੋ ਜਾਂਦੇ ਨੇ ਤਾਂ ਤੁਸੀਂ ਇਸ ਤੋਂ ਫੜ ਕੇ ਆਪਣੇ ਬੂਟਾਂ ਨੂੰ ਚੁੱਕ ਸਕਦੇ ਹੋ ਇਹ ਸਟ੍ਰੈਪ ਹੋਰ ਵੀ ਕਈ ਕੰਮਾਂ ਦੇ ਵਿੱਚ ਵਰਤੀ ਜਾਂਦੀ ਹੈ ਇਸ ਸਟ੍ਰੈਪ ਨੂੰ ਵਧੀਆ ਕੰਪਨੀ ਦੇ ਬੂਟਾਂ ਦੇ ਵਿੱਚ ਹੀ ਦਿੱਤਾ ਜਾਂਦਾ ਹੈ ਜੇਕਰ ਤੁਸੀਂ ਸਮਾਰਟਫੋਨ ਯੂਜ਼ ਕਰਦੇ ਹੋ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਇਸ ਦੇ ਵਿੱਚ ਕੈਲਕੂਲੇਟਰ ਜ਼ਰੂਰ ਹੁੰਦਾ ਹੈ ਪਰ ਤੁਹਾਡੇ ਵਿੱਚੋਂ ਬਹੁਤ ਘੱਟ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ ਆਈਪੌਡ ਦੇ ਵਿੱਚ ਕੈਲਕੂਲੇਟਰ ਨਹੀਂ ਹੁੰਦਾ ਇਸ ਦੇ ਪਿੱਛੇ ਵੀ ਇੱਕ ਦਿਲਚਸਪ ਕਹਾਣੀ ਹੈ ਕਿ ਜਦੋਂ ਆਈਪੌਡ ਨੂੰ ਬਣਾਇਆ ਜਾ ਰਿਹਾ ਸੀ ਤਾਂ ਇਸ ਦੇ ਸੌਫਟਵੇਅਰ ਬਣਾਉਣ ਦਾ ਕੰਮ ਸਕਾਟ ਫ੍ਰੋਸਟਲ ਨੂੰ ਦਿੱਤਾ ਗਿਆ ਸੀ ਤੇ ਉਹਨਾਂ ਨੇ ਹੀ ਪੂਰਾ ਆਈਪੈਡ ਦਾ ਸੌਫਟਵੇਅਰ ਬਣਾਇਆ ਸੀ ਤੇ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਕੈਲਕੂਲੇਟਰ ਨੂੰ ਐਡ ਕੀਤਾ ਸੀ ਉਹ ਆਈਫੋਨ ਤੋਂ ਵੀ ਜ਼ਿਆਦਾ ਵਧੀਆ ਸੀ ਤੇ ਜਦੋਂ ਆਈਪੌਡ ਦੇ ਲਾਂਚ ਹੋਣ ਤੋਂ 3 ਹਫ਼ਤੇ ਪਹਿਲਾਂ ਉਹਨਾਂ ਨੂੰ ਇਹ ਕੈਲਕੂਲੇਟਰ ਦਾ ਡਿਜ਼ਾਈਨ ਦਿਖਾਇਆ ਗਿਆ ਤਾਂ ਉਹਨਾਂ ਨੂੰ ਇਹ ਪਸੰਦ ਨਹੀਂ ਆਇਆ ਤੇ ਹੁਣ ਨਵਾਂ ਕੈਲਕੂਲੇਟਰ ਇੰਨੇ ਘੱਟ ਸਮੇਂ ਦੇ ਵਿੱਚ ਬਣਾਉਣਾ ਬਹੁਤ ਔਖਾ ਕੰਮ ਸੀ ਕਿਉਂਕਿ ਆਈਪੈਡ ਦੀ ਲਾਂਚ ਡੇਟ ਵੀ ਅੱਗੇ ਨਹੀਂ ਕੀਤੀ ਜਾ ਸਕਦੀ ਸੀ ਤੇ ਇਸ ਕਰਕੇ ਉਹਨਾਂ ਨੇ ਕੈਲਕੂਲੇਟਰ ਤੋਂ ਬਿਨਾਂ ਹੀ ਆਈਪੈਡ ਨੂੰ ਲਾਂਚ ਕਰ ਦਿੱਤਾ ਤੇ ਸਟੀਵ ਜੌਬ ਨੂੰ ਸ਼ਰਧਾਂਜਲੀ ਦਿੰਦੇ ਹੋਏ ਅੱਜ ਤੱਕ ਆਈਪੈਡ ਦੇ ਇਸ ਦੇ ਵਿੱਚ ਕੈਲਕੂਲੇਟਰ ਨੂੰ ਐਡ ਨਹੀਂ ਕੀਤਾ ਸੋ ਇਹ ਸਨ ਕੁਝ ਰੌਚਕ ਤੱਥ ਜਿਸ ਦੁਨੀਆ ਦੇ ਵਿੱਚ ਅਸੀਂ ਰਹਿੰਦੇ ਹਾਂ ਉਸ ਦੇ ਬਾਰੇ ਤੁਹਾਨੂੰ ਸਾਡੀ ਵੀਡੀਓ ਕਿੰਨਾ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ ਫੇਸਬੁੱਕ ਪੇਜ ਜੋਟੀਵੀ ਨੂੰ ਜ਼ਰੂਰ ਫੋਲੋ ਕਰਨਾ ਧੰਨਵਾਦ